ਲੁੱਟ ਦੀ ਨੀਅਤ ਦੇ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਸ਼ਰੇਆਮ ਉਸਦੇ ਗੋਲੀਆਂ ਮਾਰੀਆਂ ਗਈਆਂ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਦੋਂ ਇਹ ਨੌਜਵਾਨ ਆਪਣੇ ਘਰ ਦੇ ਬਾਹਰ ਮੰਜੇ ਤੇ ਬੈਠਾ ਸੀ ਤਾਂ ਤਿੰਨ ਲੁਟੇਰੇ ਬਾਈਕ ਦੇ ਉੱਤੇ ਆਉਂਦੇ ਨੇ ਤੇ ਆਉਂਦੇ ਸਾਰ ਹੀ ਉਸ ਨੌਜਵਾਨ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਿਵੇਂ ਹੀ ਉਸ ਨੌਜਵਾਨ ਦੇ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਤਾਂ ਗੁੱਸੇ ਦੇ ਵਿੱਚ ਆਏ ਲੁਟੇਰਿਆਂ ਦੇ ਵੱਲੋਂ ਸਿੱਧਾ ਹੀ ਨੌਜਵਾਨ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ। ਗੋਲੀ ਮਾਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਹ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਮੰਜੇ ਦੇ ਉੱਪਰ ਹੀ ਲੰਮਾ ਪੈ ਜਾਂਦਾ ਹੈ। ਜਿਸ ਤੋਂ ਬਾਅਦ ਮੌਕੇ ਦੇ ਉੱਤੇ ਜਦੋਂ ਲੋਕ ਪਹੁੰਚਦੇ ਨੇ ਤਾਂ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਜਿੱਥੇ ਦੱਸਿਆ ਜਾ ਰਿਹਾ ਕਿ ਹੁਣ ਨੌਜਵਾਨ ਨੇ ਦਮ ਤੋੜ ਦਿੱਤਾ ਹੈ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਨੌਜਵਾਨ ਇਹ 15 ਦਿਨ ਪਹਿਲਾਂ ਹੀ ਆਪਣੇ ਘਰ ਤੋਂ ਇੱਥੇ ਕੰਮ ਦੇ ਲਈ ਆਇਆ ਸੀ ਅਤੇ ਆਉਂਦੇ ਸਾਰ ਜਿਵੇਂ ਹੀ ਉਸਨੇ ਕੰਮ ਦੇ ਉੱਤੇ ਆਪਣੇ ਬੈਠਾ ਸੀ ਤਾਂ ਉੱਥੇ ਇਹ ਗੋਲੀ ਮਾਰ ਕੇ ਮੌਕੇ ਤੋਂ ਲੁਟੇਰੇ ਫਰਾਰ ਹੋ ਗਏ ਨੇ। ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਗੁੱਸੇ 'ਚ ਆਏ ਲੁਟੇਰਿਆਂ ਦੇ ਵੱਲੋਂ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਜਦੋਂ ਘਰ ਦੇ ਬਾਹਰ ਬੈਠਾ ਹੁੰਦਾ ਫੋਨ ਚਲਾ ਰਿਹਾ ਹੁੰਦਾ ਤਾਂ ਉਸਦੇ ਕੋਲ ਲੁਟੇਰੇ ਆਉਂਦੇ ਨੇ ਅਤੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਦੋਂ ਉਸਦੇ ਵੱਲੋਂ ਵਿਰੋਧ ਕੀਤਾ ਜਾਂਦਾ ਤਾਂ ਲੁਟੇਰਿਆਂ ਦੇ ਵੱਲੋਂ ਸਿੱਧਾ ਹੀ ਗੋਲੀ ਮਾਰ ਦਿੱਤੀ ਜਾਂਦੀ ਹੈ। ਤਾਂ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਦੱਸ ਦਈਏ ਕਿ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਪਰ ਪੁਲਿਸ ਦੇ ਵੱਲੋਂ ਹਾਲੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਹ ਜੀ ਆਪਣੇ 21 ਤਰੀਕ ਨੂੰ ਇਹ ਅਨਿਲ ਜਿਹੜਾ ਬੰਦਾ ਜਿਹੜਾ ਇਹਦੀ ਡੈਥ ਹੋਈ ਹੈ ਉਹ ਆਪਣੇ ਬੈਠਾ ਸੀ ਬਾਹਰ ਮੰਜੇ 'ਤੇ ਅਤੇ ਕੋਈ ਦਿਨ ਜਾਣੇ ਅਣਪਛਾਤੇ ਵਿਅਕਤੀ ਆਇਆ, ਇਹਦਾ ਮੋਬਾਈਲ ਫੋਨ ਪਾਇਆ, ਜਿਹੜਾ ਇਹਨੇ ਅੱਗੇ ਵਿਰੋਧ ਕੀਤਾ ਅਤੇ ਇਹਦੇ ਗੋਲੀ ਮਾਰ ਕੇ ਅਤੇ ਮੋਬਾਈਲ ਫੋਨ ਵੀ ਲੈ। ਇਹ ਯੂਪੀ ਦਾ ਰਹਿਣ ਵਾਲਾ ਸੀ। ਇਹ ਵਡਾਲੇ ਚੌਲ ਵਡਾਲਾ ਚੌਲ ਕਿੰਨੇ ਜਾਣੇ ਸੀ ਉਹ ਖੋਹ ਕਰਨ ਵਾਲੇ? ਇਹਨਾਂ ਦੇ ਦੱਸਣ ਮੁਤਾਬਕ 3 ਜਾਣੇ ਸੀ। ਇਹਦੀ 25 ਸਾਲ ਉਮਰ ਸੀ। ਕੀ ਸਰ ਕਰਦਾ ਕੀ ਸੀ? ਇਹ ਕਮੈਂਡ ਤੇ ਡਰਾਈਵਰ ਸੀ। ਸੀਸੀਟੀਵੀ ਖੰਗਾਲ ਰਹੇ ਆ ਤੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਟ੍ਰੇਸ ਕਰਕੇ ਤੇ ਨਹੀਂ, ਇਹ ਯੂਪੀ ਦਾ ਰਹਿਣ ਵਾਲਾ ਸੀ। ਇਹ ਝੋਨੇ ਦੇ ਸੀਜ਼ਨ 'ਚ ਕੰਬਾਈਨ ਚਲਾਉਣ ਤੇ ਡਰਾਈਵਰ ਇਹਨੇ ਆਏ ਆ ਜੀ, ਯੂਪੀ ਤੋਂ ਆਏ ਆ ਰਿਸ਼ਤੇਦਾਰੇ ਦੇ। ਦੋਸ਼ੀਆਂ ਨੂੰ ਟ੍ਰੇਸ ਕਰ ਰਹੇ ਹਾਂ ਜੀ, ਟੀਮਾਂ ਲੱਗੀਆਂ ਹੋਈਆਂ ਵਾ ਅਤੇ ਜਿਹੜੇ ਹੈਗੇ ਆ ਸੀਸੀਟੀਵੀ ਕੈਮਰੇ ਖੰਗਾ ਰਹੇ ਹਾਂ ਅਤੇ ਜਲਦ ਤੋਂ ਜਲਦ। ਇਹ ਵਡਾਲਾ ਚੌਲ 'ਚ ਨਹੀਂ, ਵਡਾਲਾ ਚੌਲ ਜਿੱਥੇ ਡਰਾਈਵਰੀ ਕਰਦਾ ਸੀ ਉਹਨਾਂ ਦੇ ਘਰ ਦੇ ਸਾਹਮਣੇ ਜਿਹੜਾ ਬੈਠਾ ਸੀ ਮੰਜਾ ਡਾ ਕੇ ਅਤੇ ਉਹ ਇਹ ਫੋਨ ਇਕੱਲਾ ਸੀਗਾ, ਇਹ ਫੋਨ ਆਪਣਾ ਦੇਖ ਰਿਹਾ ਸੀ, ਉਹਨਾਂ ਨੇ ਦੇਖਿਆ ਕਿ ਇਕੱਲਾ 21 ਤਰੀਕ ਦਾ 21 9 ਇੱਕੋ ਗੋਲੀ ਮਾਰੀ ਹੈ। ਸਾਨੂੰ ਉਦੋਂ ਫਿਰ ਇਨਫੋਰਮੇਸ਼ਨ ਮਿਲ ਗਈ ਜਦੋਂ ਇਹਦੇ ਗੋਲੀ ਵੱਜੀ ਆ ਤੇ ਉਹਨੂੰ ਹੋਸਪਿਟਲ ਲਾਇਆ ਤੇ ਕੁਆਰਾ ਹੈ। ਕਹਾਂ ਕੇ ਰਹਿਣੇ ਵਾਲੇ ਹੋ? ਯੂਪੀ ਕੇ। ਅਭੀ ਯਹਾਂ ਪੇ ਪੋਸਟਮਾਰਟਮ ਪਹੁੰਚੇ, ਕਿਆ ਬਾਤ ਹੋਈ ਸਾਰੀ? ਪੋਸਟਮਾਰਟਮ ਵਹੀ ਹੋਈ, ਕਿਆ ਨਾਮ, ਪੋਸਟਮਾਰਟਮ ਕਰਕੇ ਦੇ ਦੇਂਗੇ ਬੋਲ ਰਹੇ ਥੇ। ਨਹੀਂ, ਕਿਸਕੀ ਡੈਥ ਹੋਈ ਹੈ? ਮੇਰਾ ਭਾਈ ਹੈ। ਭਾਈ ਹੈ? ਕਿਆ ਨਾਮ ਹੈ? ਲੜਕਾ ਅਨਿਲ ਨਾਮ ਹੈ, ਮੇਰਾ ਨਾਮ ਰੋਹਿਤ ਕੁਮਾਰ ਹੈ। ਕਹਾਂ ਪੇ ਰਹਤਾ ਥਾ ਤੁਮਾਰਾ ਭਾਈ? ਹਮਾਰੇ ਗਾਓਂ ਰਹਤਾ ਥਾ। ਹਮਾਰੇ ਯਹਾਂ ਪੇ ਕਹਾਂ? ਯਹਾਂ ਬੜੋਲਾ ਜੋਲ ਮੇ। ਅੱਛਾ, ਤੇ ਆਪਕੋ ਕਬ ਪਤਾ ਲਗਾ ਕਿ ਕੈਸੇ ਪਤਾ ਚਲਾ ਆਪਕੋ ਵੀ ਉਸੇ ਗੋਲੀ? ਹਮ ਲੋਗ ਖਾਣਾ ਖਾ ਰਹੇ ਥੇ, 3 ਬੰਦੇ ਥੇ। ਠੀਕ। ਔਰ 9:30 ਵਜੇ ਕੀ ਬਾਤ ਹੈ, ਉਸਕੇ ਕਿਆ ਨਾਮ ਗੋਲੀ ਮਾਰ, 3 ਬੰਦੇ ਆਏ ਥੇ, ਗੋਲੀ ਮਾਰ ਕੇ ਚਲੇ ਗਏ। ਉਹਨੇ ਗੋਲੀ ਬਾਹਰ ਤਾਂ ਹਮ ਲੋਗ ਅੰਦਰ ਥੇ। ਗੋਲੀ ਮਾਰੀ ਕਿਉਂ ਉਹਨੇ? ਇਸਕਾ ਫੋਨ ਛੀਨ ਰਹੇ ਥੇ, ਇਸਨੇ ਫੋਨ ਦਿਆ ਨਾ। ਫੋਨ ਛੀਨੇ ਕੇ ਕਰ ਗੋਲੀ ਮਾਰੀ? ਹਾਂ ਜੀ। ਅੱਛਾ, ਇਹ ਫੋਨ ਦੇ ਨਹੀਂ ਰਹਾ ਥਾ। ਤੋ ਉਸੀ ਸਮੇਂ ਮੌਤ ਹੋ ਗਈ? ਨਹੀਂ, ਹਸਪਤਾਲ ਮੇ ਆਏ ਕੱਲ 4 ਵਜੇ, 22 ਤਾਰੀਖ ਕੋ ਹੋਈ ਥੀ। ਅੱਛਾ।
क्या मांग करते हैं प्रशासन? कंपनी चला रहे बस, इंसाफ मिल जाए, वो लोग पकड़े जाए बस। अच्छा, कि कितने आदमी थे वो कुछ पता चला? तीन आदमी थे। उनके कोई पहचान है उनकी? नहीं, पहचान नहीं है। चेहरा उसी ने देखा था, उसने वो खत्म हो गया। आप लोगों को कब पता चला? मुझे तुरंत 2-4 मिनट के बाद पता लग गया। 2-4 मिनट आप भाग के वहाँ पे आए? हाँ, मैं और मालिक के पिताजी थे साथ में, वो भी आए थे। पिताजी भी थे? हाँ, साथ में। उसके बाद ऐसे यहाँ काम करता था? अरे हमें 15-20 दिन हुए थे आए। आए? हाँ। अभी 15-20 दिन हुए? हाँ, कंपनी, हाँ, रिपेयर किया बस गाड़ी चला के। अच्छा, उससे पहले भी कभी आए? नहीं, पहली बार आए थे बस। पहली बार ही आए थे।